ਸਤਿ ਸ਼੍ਰੀ ਅਕਾਲ ਜੀ, ਲੇਖਾ ਜੋਖਾ ਜੀ ਤੁਹਾਡਾ ਸਵਾਗਤ ਹੈ। 24 ਅਗਸਤ 2023, ਇਹ ਦਿਨ ਭਾਵੇਂ ਸਾਨੂੰ ਯਾਦ ਹੋਵੇ ਜਾਂ ਨਾ ਹੋਵੇ, ਪਰ ਗੌਤਮ ਵਡਾਨੀ ਹੋਣਾ ਨੂੰ ਇਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੋਵੇਗਾ, ਜਦੋਂ ਹਿੰਡਨਬਰਗ ਰਿਸਰਚ ਨਾਮ ਦੀ ਇੱਕ ਕੰਪਨੀ ਨੇ ਇਹਨਾਂ ਦੇ ਚਿੱਠੇ ਜਿਹੜੇ ਸੀ ਖੋਲ੍ਹ ਕੇ ਰੱਖ ਦਿੱਤੇ, ਤਾਂ ਕਿੱਥੇ ਤੀਜੇ ਨੰਬਰ 'ਤੇ ਬੈਠਾ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੇ ਵਿੱਚ ਗੌਤਮ ਵਡਾਨੀ ਆਉਣ ਵਾਲੇ 10 ਦਿਨਾਂ ਦੇ ਵਿੱਚ ਹੀ 20 ਨੰਬਰ ਤੋਂ ਵੀ ਥੱਲੇ ਕਿਸ ਗਿਆ ਸੀ। 3 ਦਿਨਾਂ ਦੇ ਵਿੱਚ ਇਸ ਨੂੰ 4 ਲੱਖ ਕਰੋੜ ਜਾਣੀ ਕਿ $65 ਬਿਲੀਅਨ ਦਾ ਘਾਟਾ ਪਿਆ ਸੀ। ਹਿੰਡਨਬਰਗ ਦੀ ਇੱਕ ਰਿਪੋਰਟ ਜਿਹਦੇ 106 ਪੇਜ 'ਤੇ ਉਹਨਾਂ ਨੇ ਅਡਾਨੀ ਹੁਣਾਂ ਨੂੰ 88 ਸਵਾਲ ਕੀਤੇ ਸੀ ਅਤੇ ਯੂਰਪ ਦੇ ਨਾਲ ਕਿਹਾ ਸੀ ਕਿ ਭਾਈ ਜੇ ਅਸੀਂ ਗਲਤ ਹਾਂ ਤਾਂ ਸਾਡੇ ਉੱਤੇ ਤੁਸੀਂ ਕੇਸ ਕਰ ਸਕਦੇ ਹੋ। ਇਹਨਾਂ ਦੀਆਂ ਆਫਸ਼ੋਰ ਕੰਪਨੀਆਂ ਦਾ ਖੁਲਾਸਾ ਕੀਤਾ ਸੀ। ਕੰਪਨੀਆਂ ਤਾਂ ਰਜਿਸਟਰ ਕਰ ਲਈਆਂ, ਪਰ ਇਕੱਲੀਆਂ ਕੰਪਨੀਆਂ ਹੀ ਸੀ, ਕਿਸੇ ਦੀ ਵੈਬਸਾਈਟ ਨਹੀਂ। ਜੇ ਕਿਸੇ ਦੀ ਵੈਬਸਾਈਟ ਹੈ ਤਾਂ ਉਸ ਦੀ ਇਕੱਲੇ ਸਟਾਕ ਦੀ ਫੋਟੋ। ਇਹਨਾਂ ਨੂੰ ਐਕਸਪੋਜ਼ ਕਰਨ ਤੋਂ ਬਾਅਦ ਕੱਲ ਦੀ ਇੱਕ ਰਿਪੋਰਟ ਜਿਹੜੀ ਆ ਇੱਕ ਹੋਰ ਜੜਤਕ ਕਰ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੇਬੀ ਦੀ ਚੇਅਰਪਰਸਨ ਮਾਧਵੀ ਬੁੱਜ, ਸੇਬੀ ਇੱਕ ਸੰਸਥਾ ਆ ਜਿਹੜੀ ਪੂਰੀ ਸ਼ੇਅਰ ਮਾਰਕੀਟ ਨੂੰ ਰੈਗੂਲੇਟ ਕਰਦੀ ਆ, ਕਿ ਇਹਦੀ ਜਿਹੜੀ ਚੇਅਰਪਰਸਨ ਆ ਮਾਧਵੀ ਬੁੱਚ, ਇਹ ਜਿਹੜੀਆਂ ਅਡਾਨੀ ਦੀਆਂ ਅਸੀਂ ਆਫਸ਼ੋਰ ਕੰਪਨੀਆਂ ਦਾ ਜਿਹੜਾ ਖੁਲਾਸਾ ਕੀਤਾ ਸੀ ਉਹਦੇ ਵਿੱਚ ਇਸ ਬੀਬੀ ਦੀ ਜਿਹੜੀ ਆ ਹਿੱਸੇਦਾਰੀ ਆ। ਬੜਾ ਕੁਛ ਉਹਨੇ ਖੁੱਲ੍ਹ ਕੇ ਇਸ ਰਿਪੋਰਟ ਦੇ ਵਿੱਚ ਕਿਹਾ ਅਤੇ ਇਹ ਬੁੱਚ ਜੋੜਾ ਜਿਹੜਾ ਸੀ ਇਹ ਸਾਹਮਣੇ ਆਇਆ ਅਤੇ ਇਹਨਾਂ ਨੇ ਕਿਹਾ ਕਿ ਭਾਈ ਇੱਦਾਂ ਦੀ ਕੋਈ ਗੱਲਬਾਤ ਨਹੀਂ, ਸਾਡੀ ਜ਼ਿੰਦਗੀ ਖੁੱਲ੍ਹੀ ਕਿਤਾਬ ਵਰਗੀ ਆ। ਪਰ ਦੂਸਰੇ ਪਾਸੇ ਹਿੰਡਨਬਰਗ ਰਿਸਰਚ ਜਿਹੜੀ ਆ ਕੰਪਨੀ ਉਹ ਹਿੱਕ ਠੋਕ ਕੇ ਕਹਿੰਦੀ ਆ ਕਿ ਅਸੀਂ ਜਿੰਨੇ ਵੀ ਦਾਅਵੇ ਕਰਦੇ ਹਾਂ ਇਹ ਬਿਲਕੁਲ ਸੱਚੇ ਨੇ। ਹੁਣ ਇਹ ਹੈ ਕੀ ਬਲਾ ਹਿੰਡਨਬਰਗ, ਆਓ ਅੱਜ ਦੇ ਲੇਖਾ ਜੋਖਾ ਐਪੀਸੋਡ 'ਚ ਇਸ ਦੀ ਗੱਲਬਾਤ ਕਰਦੇ ਹਾਂ। 2017 ਦੇ ਵਿੱਚ ਇਹ ਹਿੰਡਨਬਰਗ ਰਿਸਰਚ ਕੰਪਨੀ ਜਿਹੜੀ ਆ ਇਹ ਸਥਾਪਿਤ ਕੀਤੀ ਜਾਂਦੀ ਆ। ਇਸ ਕੰਪਨੀ ਨੂੰ ਸਥਾਪਿਤ ਕਰਨ ਵਾਲੇ ਬੰਦੇ ਦਾ ਨਾਮ ਸੀ ਨੇਟ ਐਂਡਰਸਨ। ਇਹ ਬੰਦਾ ਫਾਈਨੈਂਸ਼ੀਅਲ ਐਨਾਲਿਸਟ ਆ, ਜਿਹੜਾ ਇਸ ਕੰਪਨੀ ਦਾ ਮਾਲਕ ਐਂਡਰਸਨ। ਇਹਨੇ ਜਿਹੜੀ ਯੂਨੀਵਰਸਿਟੀ ਆਫ ਕਨੈਕਟੀਕਟ ਅਮੈਰੀਕਾ ਦੀ ਯੂਨੀਵਰਸਿਟੀ ਹੈ, ਇੱਥੋਂ ਇਹਨੇ ਇੰਟਰਨੈਸ਼ਨਲ ਬਿਜ਼ਨਸ ਦੀ ਡਿਗਰੀ ਲਈ। ਬਾਅਦ ਵਿੱਚ ਇਜ਼ਰਾਈਲ ਦੇ ਵਿੱਚ ਕੁਛ ਸਮਾਂ ਇਹਨਾਂ ਨੇ ਐਂਬੂਲੈਂਸ ਦੇ ਡਰਾਈਵਰ ਵਜੋਂ ਵੀ ਨੌਕਰੀ ਕੀਤੀ। ਹੋਰ ਵੀ ਕਈ ਕੰਪਨੀਆਂ ਦੇ ਵਿੱਚ ਕੰਮਕਾਰ ਕਰਦੇ ਰਹੇ ਆ। ਕੰਪਨੀ ਦਾ ਮੇਨ ਕੰਮ ਆ ਰਿਸਰਚ ਕਰਨਾ, ਰਿਸਰਚ ਕਰਕੇ ਕਿਸੇ ਕੰਪਨੀ ਦੇ ਬਾਰੇ ਜੋ ਵੀ ਰਿਸਰਚ ਕਰਦੇ ਉਹਦੇ ਕਾਲੇ ਚਿੱਠੇ ਸਾਹਮਣੇ ਕਰ ਦੇਣੇ ਜਨਤਾ ਦੇ। ਹੁਣ ਇਹ ਤਾਂ ਹੈ ਨਹੀਂ ਕਿ ਇਹ ਰਿਸਰਚ ਕਰਕੇ ਤਾਂ ਸਭ ਕੁਛ ਸਾਹਮਣੇ ਕਰਦੀ ਹੋਊਗੀ, ਇਹਨੂੰ ਫਾਇਦਾ ਕੀ ਹੁੰਦਾ। ਇਹ ਕੰਮ ਕੀ ਕਰਦੀ ਹੈ, ਜਦੋਂ ਕਿਸੇ ਕੰਪਨੀ ਦੇ ਕਾਲੇ ਚਿੱਠੇ ਫਰੋਲ ਦਿੰਦੀ ਆ, ਫਿਰ ਉਹ ਕੰਪਨੀ ਦੇ ਜਿਹੜਾ ਸ਼ੇਅਰ ਆ ਉਹਦੀ ਸ਼ਾਰਟ ਸੈਲਿੰਗ ਕਰਦੀ। ਮੋਟੀ ਮੋਟੀ ਗੱਲ ਭਾਈ ਇਹ ਆ ਕਿ ਅਗਲੇ ਦੀ ਕੰਪਨੀ ਡੋਬ ਦਿੰਦੀ ਉਹਦੇ ਕੱਚੇ ਚਿੱਠੇ ਕੱਢ ਕੇ, ਤੇ ਉਹਦੇ ਵਿੱਚੋਂ ਹੀ ਮੁਨਾਫਾ ਕਰਦੀ ਸ਼ਾਰਟ ਸੈਲਿੰਗ ਕਰਕੇ। ਹੁਣ ਇਹ ਸ਼ਾਰਟ ਸੈਲਿੰਗ ਕੀ ਬੁਲਾ ਆ, ਮੰਨ ਲਓ ਇੱਕ ਸ਼ੇਅਰ ਆ ਉਹਦੀ ਕੀਮਤ 100 ਰੁਪਈਏ ਆ। ਆਮ ਅਸੀਂ ਕੀ ਕਰਦੇ ਹਾਂ ਕਿ ਅਸੀਂ 100 ਰੁਪਏ ਦਾ ਸ਼ੇਅਰ ਖਰੀਦ ਲਿਆ ਤੇ ਸਾਨੂੰ ਹੁੰਦਾ ਆ ਕਿ ਇਹ ਜਦੋਂ ਆਪਾਂ ਇਹਨੂੰ ਖਰੀਦਿਆ 100 ਰੁਪਏ ਚ ਤੇ ਇਹ ਤਾਂ ਜਾਏਗਾ, ਮੰਨ ਲਓ 200 ਰੁਪਏ ਚ ਗਿਆ, 300 ਰੁਪਏ ਚ ਗਿਆ, ਤੇ ਆਪਾਂ ਇਹਨੂੰ ਵੇਚ ਕੇ ਇਹ ਤੋਂ ਕਮਾਈ ਕਰਦੇ ਹਾਂ। ਜੇ ਇੱਕ 100 ਰੁਪਏ ਦਾ ਸ਼ੇਅਰ 200 ਚਲ ਗਿਆ ਸਾਨੂੰ 100 ਰੁਪਇਆ ਕਮਾਈ ਹੋ ਗਈ, ਪਰ ਇਹਦੇ ਵਿੱਚ ਨੁਕਸਾਨ ਕਿੰਨਾ ਗਾ। ਮੰਨ ਲਓ ਸਾਡੀ ਸ਼ੇਅਰਾਂ ਦੀ ਕੀਮਤ ਜਿਹੜੀ ਆ ਉਹ 5000 ਰੁਪਈਏ ਆ, ਤੇ ਜੇ ਸ਼ੇਅਰਾਂ ਦੀ ਕੀਮਤ ਡਿੱਗੇਗੀ ਤਾਂ 5000 ਰੁਪਈਆ ਹੀ ਡਿੱਗੇਗੀ, ਮਤਲਬ ਸਾਨੂੰ ਵੱਧ ਤੋਂ ਵੱਧ ਨੁਕਸਾਨ ਜਿਹੜਾ ਆ ਉਹ 5000 ਰੁਪਏ ਦਾ ਹੀ ਹੋਏਗਾ ਜੇ ਸ਼ੇਅਰਾਂ ਦੀ ਕੀਮਤ ਥੱਲੇ ਆ ਜਾਏਗੀ। ਹੁਣ ਸ਼ਾਰਟ ਸੈਲਿੰਗ ਦੇ ਵਿੱਚ ਕੀ ਹੁੰਦਾ, ਪਹਿਲਾਂ ਹੀ ਸ਼ੇਅਰ ਜਿਹੜੇ ਆ ਸੈੱਲ ਕਰ ਦਿੱਤੇ ਜਾਂਦੇ ਆ, ਫਿਰ ਜਿੰਨਾ ਥੱਲੇ ਜਾਊਗਾ ਉਹ ਕੰਪਨੀ ਦਾ ਸ਼ੇਅਰ ਓਨੀ ਹੀ ਕਮਾਈ ਹੋਊਗੀ। ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਰਿਸਕ ਹੁੰਦਾ, ਮੰਨ ਲਓ ਇੱਕ 500 ਰੁਪਏ ਦਾ ਸ਼ੇਅਰ ਆ ਇੱਕ ਕੰਪਨੀ ਨੇ ਜਿਹੜਾ ਆ ਉਹ ਸੈੱਲ ਕਰ ਲਿਆ, ਉਹਨੂੰ ਇਹ ਆ ਕਿ ਜਿੰਨਾ ਥੱਲੇ ਜਾਏਗਾ
ਮੰਨ ਲਓ ਜੇ 2 ਰੁਪਈਏ ਗਿਆ ਤਾਂ ਉਹਨੂੰ 498 ਰੁਪਈਏ ਸ਼ੇਅਰ ਦੇ ਪਿੱਛੇ ਫਾਇਦਾ ਹੋ ਗਿਆ। ਪਰ ਜੇ ਇਹੋ ਹੀ ਸ਼ੇਅਰ ਥੱਲੇ ਜਾਣ ਦੀ ਬਜਾਏ ਉੱਪਰ ਨੂੰ ਚੱਲ ਜੇ, ਹੋ ਸਕਦਾ ਉਹ 500 ਰੁਪਏ ਦਾ ਸ਼ੇਅਰ 50,000 ਦਾ ਹੋ ਜੇ, ਲੱਖ ਦਾ ਹੋ ਜੇ, 2 ਲੱਖ ਦਾ ਹੋ ਜੇ, ਇਹ ਕਿਸੇ ਨੂੰ ਨਹੀਂ ਪਤਾ। ਤੇ ਉਸ ਕੰਪਨੀ ਨੇ ਜਿੰਨੇ ਸ਼ਾਰਟ ਸੈਲਿੰਗ ਕੀਤੀ ਉਹਨੂੰ ਓਨਾ ਹੀ ਨੁਕਸਾਨ ਜਿਹੜਾ ਇਹ ਝੱਲਣਾ ਪਵੇਗਾ। ਇਸ ਤਰ੍ਹਾਂ ਇਹ ਕੰਪਨੀ ਜਿਹੜੀ ਆ ਹਿੰਡਨਬਰਗ ਕੱਚੇ ਚਿੱਠੇ ਖੋਲ ਕੇ ਸ਼ਾਰਟ ਸੈਲਿੰਗ ਕਰਦੀ ਆ। ਹੁਣ ਇਹ 2017 ਦੇ ਵਿੱਚ ਜਿਹੜੀ ਕੰਪਨੀ ਬਣੀ ਹਿੰਡਨਬਰਗ, ਇਹਦਾ ਨਾਮ ਹਿੰਡਨਬਰਗ ਕਿਉਂ ਆ? ਆਪਾਂ ਫਿਰ ਪਿੱਛੇ ਚੱਲਦੇ ਹਾਂ, ਸਾਨੂੰ 1937 ਦੇ ਵਿੱਚ ਜਦੋਂ ਹਿਟਲਰ ਦਾ ਰਾਜ ਸੀ ਉਦੋਂ ਏਅਰਸ਼ਿਪ ਚੱਲਦੇ ਸੀ। ਇੱਕ ਏਅਰਸ਼ਿਪ ਦਾ ਨਾਮ ਸੀ ਹਿੰਡਨਬਰਗ ਏਅਰਸ਼ਿਪ, ਉਹਦੇ ਪਿੱਛੇ ਜਿਹੜਾ ਹਿਟਲਰ ਦਾ ਸਵਾਸਤਿਕ ਦਾ ਲੋਗੋ ਉਹ ਵੀ ਲੱਗਾ ਹੋਇਆ ਸੀ। ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਸੀ ਕਿ ਹਾਈਡਰੋਜਨ ਦੇ ਗੁਬਾਰੇ ਜਿਹੜੇ ਆ ਨਾ ਉਹ ਹੁੰਦੇ ਸੀ, ਉਹਦੇ ਨਾਲ ਇਹ ਉੱਪਰ ਨੂੰ ਜਾਂਦੇ ਸੀ। ਸੰਨ 1937 ਦੇ ਵਿੱਚ ਹਿੰਡਨਬਰਗ ਸਪੇਸਸ਼ਿਪ ਜਿਹੜਾ ਸੀ ਜਾਂ ਏਅਰਸ਼ਿਪ ਸੀ ਉਹਦੇ ਵਿੱਚ 16 ਹਾਈਡਰੋਜਨ ਦੇ ਗੁਬਾਰੇ ਸੀ ਤੇ ਲੋੜ ਤੋਂ ਵੱਧ ਕੇ ਉਹਦੇ ਵਿੱਚ ਬੰਦੇ ਬਿਠਾ ਦਿੱਤੇ ਗਏ। 100 ਤੋਂ ਵੱਧ ਕੇ ਬੰਦੇ ਜਿਹੜੇ ਸੀ ਉਹਦੇ ਵਿੱਚ ਬਿਠਾ ਦਿੱਤੇ ਗਏ। ਤਾਂ ਜਦੋਂ ਇਹ ਉਚਾਈ ਤੇ ਗਿਆ ਤਾਂ ਇਹ ਜਿਹੜਾ ਏਅਰਸ਼ਿਪ ਸੀ ਇਹਦੇ ਵਿੱਚ ਧਮਾਕਾ ਹੋਇਆ। 30 ਸਕਿੰਟਾਂ ਦੇ ਵਿੱਚ ਹੀ ਜਿਹੜਾ ਸੀ ਇਹ ਧਰਤੀ ਦੇ ਉੱਤੇ ਆ ਡਿੱਗ ਗਿਆ। 35 ਲੋਕਾਂ ਦੀ ਜਾਨ ਜਿਹੜੀ ਸੀ ਚਲੀ ਗਈ ਸੀ। ਇਹਦੀਆਂ ਲਾਈਵ ਤਸਵੀਰਾਂ ਜਿਹੜੀਆਂ ਸੀ ਉਸ ਵੇਲੇ ਜਦੋਂ ਇਹਦਾ ਧਮਾਕਾ ਹੋਇਆ ਤਾਂ ਥੱਲੇ ਆਉਂਦਾ ਸੀ, ਇਹਦੀਆਂ ਲਾਈਵ ਤਸਵੀਰਾਂ ਵੀ ਖਿੱਚੀਆਂ ਗਈਆਂ। ਇਸ ਤੋਂ ਪਹਿਲਾਂ ਵੀ ਜਿਹੜੇ ਇਹ ਗੁਬਾਰੇ ਸੀ ਹਾਈਡਰੋਜਨ ਗੁਬਾਰੇ ਵਾਲੇ ਏਅਰਸ਼ਿਪ ਸੀ, ਇਹਦੇ ਹਾਦਸੇ ਵਾਪਰ ਚੁੱਕੇ ਸੀ, ਲੋਕਾਂ ਦੀ ਮੌਤ ਪਹਿਲਾਂ ਵੀ ਹੋ ਚੁੱਕੀ ਸੀ। ਇਹਨਾਂ ਤੋਂ ਸਬਕ ਲੈ ਕੇ ਜਿਹੜਾ ਸੀ ਨਾ ਇਹ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਸੀ। ਸੋ ਜਿਹੜਾ ਐਂਡਰਸਨ ਆ ਉਹਨੇ ਇਹ ਕੰਪਨੀ ਜਿਹੜੀ ਸੀ ਇਸ ਨਾਮ ਤੋਂ ਬਣਾਈ ਆ ਕਿ ਤਾਂ ਜੋ ਜਿਹੜੇ ਵਿੱਤੀ ਹਾਦਸੇ ਹੁੰਦੇ ਆ, ਜਿਹੜੀਆਂ ਕੰਪਨੀਆਂ ਫਰੌਡ ਕਰਕੇ ਆਮ ਲੋਕਾਂ ਦੇ ਪੈਸਿਆਂ ਨੂੰ ਚੂਨਾ ਲਾ ਦਿੰਦੀਆਂ ਨੇ, ਉਹਨਾਂ ਤੋਂ ਤੁਹਾਨੂੰ ਜਿਹੜਾ ਆ ਬਚਾਇਆ ਜਾ ਸਕੇ, ਉਹਨਾਂ ਦੇ ਕਾਲੇ ਚਿੱਠੇ ਜਿਹੜੇ ਆ ਖੋਲੇ ਜਾਣ ਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾਣ ਤਾਂ ਜੋ ਲੋਕੀ ਜਿਹੜੇ ਆ ਇਸ ਤੋਂ ਸਤਰਕ ਰਹਿਣ ਤੇ ਇਹਨਾਂ ਤੋਂ ਬਚ ਸਕਣ। ਕੰਪਨੀ ਕਹਿੰਦੀ ਕਿ ਜਿਹੜਾ ਉਹ ਹਾਦਸਾ ਹੋਇਆ ਸੀ ਹਿੰਡਨਬਰਗ ਦਾ ਉਹ ਵੀ ਇੱਕ ਮੈਨਮੇਡ ਸੀ ਤੇ ਸਾਡਾ ਕੰਮ ਵੀ ਉਸ ਘਟਨਾ ਦੀ ਤਰਜ਼ ਦੇ ਉੱਤੇ ਇਹ ਆ ਕਿ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੀਆਂ ਗੜਬੜੀਆਂ ਹੋ ਰਹੀਆਂ ਨੇ, ਜਿਹੜੀਆਂ ਕੰਪਨੀਆਂ ਧੋਖਾ ਧੜੀ ਕਰ ਰਹੀਆਂ ਨੇ, ਉਹਨਾਂ ਨੂੰ ਬੇਨਕਾਬ ਕਰਨਾ ਤੇ ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣਾ। ਸਾਡਾ ਕੰਮ ਆ ਲੋਕਾਂ ਦੇ ਜਿਹੜੇ ਵਿੱਤੀ ਹਾਦਸੇ ਆ ਨਾ ਉਹਨਾਂ ਤੋਂ ਲੋਕਾਂ ਦਾ ਬਚਾਅ ਕਰਨਾ ਤੇ ਨਾਲ ਨਾਲ ਕਹਿੰਦੇ ਅਸੀਂ ਜਿਹੜਾ ਆ ਉਹ ਪ੍ਰੋਫਿਟ ਕਮਾ ਰਹੇ ਹਾਂ ਸ਼ਾਰਟ ਸੈਲਿੰਗ ਕਰਕੇ। ਇਹਨਾਂ ਦੀ ਰਿਸਰਚ ਕਿਸ ਤਰ੍ਹਾਂ ਹੁੰਦੀ ਆ? ਇਹਨਾਂ ਦੇ ਕੁਝ ਗੁਪਤ ਸੂਤਰ ਹੁੰਦੇ ਆ ਜਿਹਨਾਂ ਨੂੰ ਵਿਸਲ ਬਲੋਅਰ ਕਿਹਾ ਜਾਂਦਾ, ਉਹ ਇਹਨਾਂ ਨੂੰ ਜਾਣਕਾਰੀ ਦਿੰਦੇ ਆ, ਫਿਰ ਉਹਨਾਂ ਦੇ ਉੱਤੇ ਐਨਾਲਾਈਜ਼ ਕਰਦੇ ਆ, ਫਿਰ ਇਹ ਰਿਸਰਚ ਕਰਦੇ ਆ, ਫਿਰ ਜਦੋਂ ਇਹ ਧਮਾਕਾ ਕਰਦੇ ਆ ਨਾ ਤੇ ਫਿਰ ਜਿਹੜੀ ਕੰਪਨੀ ਦੇ ਉੱਤੇ ਧਮਾਕਾ ਹੁੰਦਾ ਫਿਰ ਇੱਕ ਵਾਰੀ ਤਾਂ ਉਹਨੂੰ ਪੈਰਾਂ ਥੱਲਿਓਂ ਕੱਢ ਦਿੰਦੇ ਆ। ਅਡਾਨੀ ਦਾ ਕੰਮ ਵੇਖ ਲਓ, 3-4 ਦਿਨਾਂ ਦੇ ਵਿੱਚ ਹੀ $65 ਬਿਲੀਅਨ ਜਿਹੜੇ ਸੀ ਉਹਦੇ ਖਰਾਬ ਕਰਤੇ ਸੀ। ਇਸ ਤੋਂ ਪਹਿਲਾਂ ਇਹਨਾਂ ਨੇ ਨਿਕੋਲਾ ਟਰੱਕ ਕੰਪਨੀ ਸੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਸੀ, ਉਹਨੂੰ ਐਕਸਪੋਜ਼ ਕੀਤਾ ਸੀ, ਉਹਨੇ ਕੇਸ ਵੀ ਕੀਤਾ। ਪਰ ਜਦੋਂ ਅਦਾਲਤ ਦੇ ਵਿੱਚ ਕੇਸ ਗਿਆ ਤਾਂ ਉਹ ਸੰਸਥਾਪਕ ਜਿਹੜਾ ਸੀ ਉਹ ਦੋਸ਼ੀ ਪਾਇਆ ਗਿਆ ਸੀ। ਹੁਣ ਤੱਕ 30 ਕੰਪਨੀਆਂ ਦੇ ਇਹ ਦੁਆਲੇ ਹੋਏ ਆ, 30 ਕੰਪਨੀਆਂ ਦੇ ਜੋ ਇਹਨਾਂ ਨੇ ਗੜਬੜੀ ਕੀਤੀ ਆ ਬੰਦਿਆਂ ਨੇ ਉਹਨਾਂ ਦੇ ਕਾਲੇ ਚਿੱਠੇ ਕੱਚੇ ਚਿੱਠੇ ਇਹਨਾਂ ਨੇ ਸਾਹਮਣੇ ਲਿਆਂਦੇ ਸੀ। ਤੇ ਜਿਨ੍ਹਾਂ ਦੇ ਵੀ ਲਿਆਂਦੇ ਆ ਨਾ ਭਾਈ, ਔਸਤਨ ਜੇ ਐਵਰੇਜ ਕੱਢ ਲਈ ਇਹਨਾਂ ਦਾ 15% ਜਿਹੜਾ ਸ਼ੇਅਰ ਸੀ ਉਹ ਇੱਕੋ ਦਿਨ ਦੇ ਵਿੱਚ ਹੀ ਥੱਲੇ ਸੁੱਟ ਦਿੰਦੇ ਸੀ। ਲਿੰਕਡਨ ਦੀ ਪ੍ਰੋਫਾਈਲ ਦੇ ਵਿੱਚ ਐਂਡਰਸਨ ਨੇ ਲਿਖਿਆ ਕਿ ਮੈਨੂੰ ਦਬਾਅ ਝੱਲਣਾ ਆਉਂਦਾ, ਕਿਉਂਕਿ ਕਹਿੰਦਾ ਮੈਂ ਐਂਬੂਲੈਂਸ ਦੇ ਡਰਾਈਵਰ ਦੇ ਵਜੋਂ ਨੌਕਰੀ ਕੀਤੀ ਆ, ਮੈਨੂੰ ਪਤਾ ਕਿ ਦਬਾਅ ਕਿੱਦਾਂ ਝੱਲਣਾ ਆ। ਪਰ ਦਬਾਅ ਇਹਦੇ 'ਤੇ ਨਹੀਂ ਹੁੰਦਾ, ਦਬਾਅ ਉਹਦੇ 'ਤੇ ਹੁੰਦਾ ਜਿਨ੍ਹਾਂ ਦੇ ਇਹ ਕਾਲੇ ਚਿੱਠੇ ਸਾਹਮਣੇ ਲੈ ਆਉਂਦਾ। ਐਗਜ਼ਾਮਪਲ ਤੁਹਾਡੇ ਸਾਹਮਣੇ ਐਡੀ ਵੱਡੀ ਸੀ, ਪਹਿਲਾਂ 2023 ਦੇ ਵਿੱਚ ਅਡਾਨੀ ਦੇ ਪਿੱਛੇ ਪਿਆ ਤਾਂ ਹੁਣ ਫਿਰ ਕਾਲੇ ਚਿੱਠੇ ਜਿਹੜੇ ਆ ਉਹ ਲੈ ਕੇ ਸਾਹਮਣੇ ਆ ਗਿਆ।
ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸ਼ੇਅਰ ਮਾਰਕੀਟ ਦਾ ਹਾਲ ਹੋਣਾ ਨਾ ਉਹ ਤੁਹਾਨੂੰ ਪਤਾ ਹੈ। ਬੁੜਕੇ ਉੱਠਦੇ ਹੋਣੇ ਅਡਾਨੀ ਸਾਹਿਬ ਜਦੋਂ ਹਿੰਡਨਬਰਗ ਦਾ ਨਾਮ ਇਹਨਾਂ ਦੇ ਕੰਨਾਂ ਨੂੰ ਸੁਣਨੂੰ ਪੈਂਦਾ ਜਾਂ ਕਿਤੇ ਇਹਨਾਂ ਦੇ ਮਾਲਕ ਨੇਟ ਐਂਡਰਸਨ ਦੀ ਤਸਵੀਰ ਇਹਨਾਂ ਦੀ ਅੱਖਾਂ ਸਾਹਮਣੇ ਆ ਜਾਂਦੀ ਹੈ। ਮੈਂ ਆਸ ਕਰਦਾ ਤੁਹਾਨੂੰ ਅੱਜ ਦਾ ਐਪੀਸੋਡ ਵਧੀਆ ਲੱਗਾ ਹੋਵੇਗਾ। ਅਗਰ ਵਧੀਆ ਲੱਗਿਆ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਓ। ਮਿਲਦੇ ਹਾਂ ਕੱਲ੍ਹ ਲੇਖਾ ਜੋਖਾ ਦੇ ਨਵੇਂ ਐਪੀਸੋਡ ਦੇ ਨਾਲ। ਸਤਿ ਸ਼੍ਰੀ ਅਕਾਲ।